ਮੈਨੂੰ ਤਾਂ ਇਹ ਐਵੇਂ ਸਮਝਦੀ ਆ। ਉਹ ਮੈਂ 3000 ਦਾ ਸਾਈਕਲ ਚੱਕ ਲਿਆ। ਲੈਗੀ ਚੱਕੇ ਨੂੰ ਪੁੱਤੀ। ਹਾਏ ਮੈਂ ਮਰ ਜਾਂ ਭਾਈ, ਬਾਲੇ ਹੀ ਮਾੜਾ ਕੰਮ ਹੋਇਆ ਤਾਂ। ਹੈ ਲੈ ਹੋਰ ਇਦੂ ਤੂੰ ਦੀ ਮਾੜੇ ਕੀ ਹੋਊਗਾ ਤਾਂ। ਛਿਲਦੀ ਐ ਤੇਰੀ ਲਸਣ, ਸਾਰਾ ਕੁਝ ਛਿਲ ਕੇ ਜਾਉਂ। ਇੱਕ ਕੌਲੀ ਤਾਂ ਲੈ ਜਾਨੀ ਆ, ਕੌਲੀਆਂ ਵੀ ਤੰਨੇ ਨੇ ਸਾਡੇ ਘਰੇ। ਜੀ ਵੀ ਚੱਕੀ ਐ ਤੇ ਚੱਜਦੀ ਐ ਤੇ ਜਨਾਨੀ ਵਾਲੀ ਮਾਤੀ ਵਰਤੀ ਐ ਨਾ। ਤੈਂ ਕੀ ਬੱਤ ਵਰਤੀ ਤੀ? ਤੂੰ ਸਾਈਕਲ ਦੀ ਟੂਪ ਚੱਕ ਕੇ ਲੈ ਕੇ ਆਤੀ, ਉਹਦੇ ਨਾਲ ਝੂਠ ਲਈ ਰੱਸਾ ਪਾ ਕੇ। ਤੂੰ ਸਾਈਕਲ ਦੀ ਗੱਲ ਕਰਦੀ ਐ, ਤੂੰ ਟੂਪ ਦੀ ਗੱਲ ਕਰਨੀ ਐ? ਮੈਂ ਸਾਈਕਲ ਵੀ ਉਡਾਉਣ ਨੂੰ ਫਿਰਦਾ। ਚੰਗਾ ਮਰ ਜਾ ਸੇਤੀ। ਇਹਦਾ ਵੀ ਸਰੀ ਪਿਆ, ਕਿਸੇ ਦਾ ਦੁੱਖ ਦਰਦ ਤਾਂ ਕੀ ਵਡਾਉਣਾ ਸੀ, ਖਬਰਾਂ ਛਪਾਉਣ ਦੀ ਹੋਗੀ। ਉਰੇ ਸਾਈਕਲ ਕਿੱਧਰ ਗਿਆ? ਹੁਣ ਐ ਨਾ ਕਹਿ ਦੋ ਵੀ ਸਾਈਕਲ ਵੀ ਚੋਰੀ ਹੋ ਗਿਆ। ਉਹੀ ਤਾਂ ਮੈਂ ਤੈਨੂੰ ਪੁੱਛੀ ਐ ਨਾ, ਉਰੇ ਸਾਈਕਲ ਖੜਾਉਣਾ ਹੁੰਦਾ ਮੈਂ। ਨੀ ਭੈਣੇ ਕਿਵੇਂ ਆ? ਨੀ ਆ ਜਾ ਪ੍ਰੀਤੋ, ਵਧੀਆ। ਤੂੰ ਸੁਣਾ ਕਿਵੇਂ ਆ? ਠੀਕ ਆ। ਤੂੰ ਆਈ ਏ ਨੀ, 2-3 ਦਿਨ ਹੋ ਗਏ ਮੈਂ ਹੀ ਗੇੜਾ ਮਾਰੇ ਹੁੰਦੀ ਆ। ਨੀ ਕੀ ਕਰਾੜੀਏ, ਕੰਮ ਇੰਨੇ ਹੋ ਜਾਂਦੇ ਨੇ ਦੋਵੇਂ ਵੇਲੇ, ਤੇ ਫਿਰ ਤੈਨੂੰ ਤਾਂ ਪਤਾ ਹੀ ਹੈ ਤੇਰੀ ਸੱਸ ਕਰਾਉਂਦੀ ਏ, ਮੈਂ ਤਾਂ ਕੱਲੀ ਕਹਿ ਰਹੀ ਆ ਅੜੀਏ, ਔਖਾ ਹੋ ਜਾਂਦਾ। ਹੋਰ ਤੇ ਨਾਲੇ ਦੁਪਹਿਰੀ ਲੱਗ ਰਹੀ ਹੈ ਲਸਣ ਛਿੱਲਣ। ਲੈ ਕੱਲ ਕਰੇ ਸੋ, ਅੱਜ ਕਰ, ਅੱਜ ਕਰੇ ਸਵਾਬ। ਨੀ ਮੈਂ ਤਾਂ ਪਹਿਲਾਂ ਵਾਲਾ ਕੰਮ ਨਾ ਛੇਤੀ ਨਿਬੇੜ ਦਿੰਦੀ ਹੁੰਦੀ, ਹੱਥ ਨੂੰ ਉੱਥਣ ਵਾਲਾ। ਐ ਆ ਫਿਰ ਤੇਰਾ ਬਾਈ ਰਾਤ ਨੂੰ ਖੇਤੋਂ ਆਉਂਦਾ ਨਾ। ਨੀ ਫਿਰ ਤਾਂ ਰੋਟੀ ਵੀ ਹੁਣੀ ਖਾ ਕੇ ਪੈ ਜਿਓ, ਕੰਮ ਨਿਬੜੂਗਾ। ਲੈ ਤੈਨੂੰ ਤਾਂ ਅੜੀਏ ਮਜ਼ਾਕ ਔੜਦਾ। ਹੋਰ ਸੁਣਾ ਕੁੜੇ, ਆ ਸੂਟ ਬੜਾ ਸੋਹਣਾ ਪਾਈ ਫਿਰਦੀ ਐ। ਲੈ ਹੋਰ ਭੈਣੇ 3000 ਦਾ ਲੈ ਕੇ ਆਈ ਆ ਪੂਰਾ। ਨੀ ਆ ਸੂਟ ਤਾਂ ਮੈਂ ਉਹਦੀ ਨੱਥੇ ਦੇ ਵਿੱਚ ਉਹਨਾਂ ਦੀ ਵੱਡੀ ਬਹੂ ਦੇ ਬਾਰੇ ਦੇਖਿਆ ਸੀ। ਨਾ ਨਾ, ਇਹ ਸੂਟਾਂ ਦਾ ਟ੍ਰੈਂਡ ਵਾਲਾ ਚੱਲ ਰਿਹਾ ਨਾ, ਤਾਂ ਕਰਕੇ ਹੁਣ ਹਰੇਕ ਲਿਆਉਣ ਲੱਗ ਗਈ। ਬੂ ਮੈਂ ਮਰ ਜਾ, 3000 ਨਾ ਨਾ ਭੈਣੇ, ਲੋੜ ਹੀ ਆ ਗਿਆ। ਲੈ ਮਰਨਾ 3000 ਦੇ ਸੂਟ ਪਾ ਕੇ? ਮੈਂ ਤਾਂ ਆਹੀ ਪਾਉਣੀ ਆ, 2-250 ਵਾਲੇ। ਭੈਣੇ ਬੰਦੇ ਦੇ ਪਾਇਆ ਸੋਹਣਾ ਲੱਗਣਾ ਚਾਹੀਦਾ, 3000 ਕੀ ਦੱਸ, ਝਾੜਾਂ ਤੇ ਲੱਗਦੇ ਨੇ ਪੈਸੇ। ਨਹੀਂ ਹੁਣ ਤੈਨੂੰ ਕੀ ਦੱਸਾਂ, ਹੈਗਾ ਤਾਂ ਉਸੇ ਵਾਲੇ ਹੀ ਹੈ। ਹੈਂ? ਮੈਂ ਤਾਂ ਇਹ ਕਹਿੰਦੀ ਸੀ ਮਾਂ, ਚੱਲ ਜਿਹਦੇ ਘਰ ਮਜੇ ਜਿਹੇ ਹੈਗੇ ਨੇ ਉਹ ਜੇ ਪਾ ਲੈਂਦਾ। ਹਾਂ ਤੇ ਤਾਂ ਐਵੇਂ ਨਹੀਂ ਹੈਗਾ, ਆਪਦੀ ਵੱਡੀ ਭੈਣ ਨੂੰ ਲਿਆ ਕੇ ਦੇ ਤਾਂ, ਕੌਲੀ ਚੱਕ ਕੇ ਤਾਂ ਉਹਦੀ ਆ ਜਾਨੀ ਆ ਖੰਡ ਦੀ ਲੈਣ। ਨਹੀਂ ਤੂੰ ਵੀ ਕਹੀ ਜੇ ਗੱਲਾਂ ਕਰਦੀ, ਆਪਣਾ ਕੁਛ ਵੰਡੇ ਤੂੰ ਪਾਲੀ ਮੇਰੇ ਵਾਲਾ, ਇੱਕੋ ਗੱਲ ਹੀ ਆਪਣੀ। ਨਾ ਨਾ ਭਾਈ, ਪਾਇਆ ਪੂਆ ਤਾਂ ਮੈਂ ਕੋਈ ਨਹੀਂ ਪਾਉਂਦੀ ਹੈਗੀ, ਸਿੱਧੀ ਜੀ ਗੱਲ ਹੈ। ਦੇਖ ਲਿਆਏਗੀ ਹੋਰ ਰੰਗ ਲਿਆ ਦੀ ਕੋਈ ਇਹੋ ਜਿਹਾ ਸੋਹਣਾ ਜਾ ਤਾਂ ਮੈਂ ਪਾਉਂਦੀ ਨਹੀਂ ਹੈਗੀ ਇਹੋ ਜਿਹਾ ਤਾਂ, ਇਹ ਚ ਨਾ ਰੰਗ ਜਿਹਾ ਕਾਲਾ ਲੱਗਦਾ ਹੈਗਾ। ਹੋਰ ਲੈ, ਨਹੀਂ ਕਾਲੇ ਰੰਗ ਦਾ ਲਿਆ ਦੀ, ਨਹੀਂ ਕਾਲੇ ਰੰਗ 'ਚ ਤਾਂ ਉਈ ਰੰਗ ਗੋਰਾ ਲੱਗਦਾ ਬੰਦੇ ਦਾ। ਚੱਲ ਠੀਕ ਹੈ, ਚੱਕ ਲਿਆਉਂਗੀ ਕਿਸੇ ਦਾ। ਚੱਲ ਚੰਗਾ, ਨਹੀਂ ਮੈਂ ਤੇਰੇ ਵਾਸਤੇ ਘੁੱਟ ਕ ਚਾਹ ਬਣਾ ਕੇ ਲਿਆਉਣੀ ਆ, ਬਹਾਨੇ ਨਾਲ ਮੈਂ ਵੀ ਪੀ ਲੂੰਗੀ, ਤਾਂ ਮੇਰਾ ਚਾਹ ਵੰਡ ਰਿਹਾ ਸੀ। ਤੈਨੂੰ ਪਤਾ ਹੀ ਇਹ ਬੁੜੀਆਂ ਦੀ ਆਦਤ ਦਾ, ਫਿਰ ਚਾਹ ਪੀਏ ਬਿਨਾਂ ਰਿਹਾ ਨਹੀਂ ਜਾਂਦਾ। ਹੋਰ ਭੈਣੇ ਬਣਾ ਲਿਆ? ਵਧੀਆ ਜੀ, ਦੁੱਧ 'ਚ ਪੱਤੀ ਪਾ ਲਈ? ਨਹੀਂ ਨਾ ਨੂੰ ਤੂੰ ਵੀ ਨਹੀਂ ਕਰਦੀ, ਮਿੰਟ 'ਚ ਕਹਿਤਾ। ਨਹੀਂ ਭੈਣੇ ਕੀ ਕਰਾਂ, ਜਦੋਂ ਕੋਈ ਆਪਦਾ ਕਹਿ ਦਿੰਦਾ ਤੈਨੂੰ ਪਤਾ ਆਪਦੇ ਨੂੰ ਕਿੱਥੇ ਜਵਾਬ ਦਿੱਤਾ ਜਾਂਦਾ ਹੈਗਾ, ਨਾਲੇ ਚਾਹ ਦੀ ਮੈਨੂੰ ਤਾਂ ਨਾ ਆਦਤ ਬਾਹਲੀ ਪੈ ਰਹੀ ਹੈ, ਕੀ ਕਰਾਂ। ਨਹੀਂ ਚੱਲ ਭੈਣੇ ਬਣਾ ਲਿਆ 2 ਕੱਪ, ਨਾਲੇ ਵਧੀਆ ਦੁੱਧ 'ਚ ਪੱਤੀ ਪਾ ਲਈ, ਆ ਮਿੱਠਾ ਮੁੱਠਾ ਘੱਟ ਰੱਖੀ, ਤੈਨੂੰ ਪਤਾ ਹੀ ਇਹ ਖੰਡ ਅੱਜ ਕੱਲ੍ਹ ਨਾ ਬਾਹਲਾ ਕੰਮ ਖਰਾਬ ਕਰਦੀ, ਮੋਟਾਪਾ ਵੱਧਦਾ ਭੈਣੇ। ਐਂ ਤਾਂ ਤੂੰ ਬਥੇਰੀ ਖਾਣ ਸੂਰੀਆਂ, ਪਤਾ ਹੈ ਮੈਨੂੰ, ਹਰੇਕ ਦੇ ਹਿਣਕਦੀ ਹੈਗੀ, ਊਂ ਪਰੇ ਮੇਰਾ ਗੁੱਸਾ ਵੀ ਨਹੀਂ ਕਰਦੀ, ਹੁਣੀ ਲਿਆਉਂਦੀ ਹਾਂ ਮੈਂ, ਤੇ ਬਿਸਕੁਟ ਕਢਾਰ ਖਿੰਨੇ ਲਿਆਵਾਂ ਨਾ। ਨਹੀਂ ਭੈਣੇ ਬਿਸਕੁਟ ਤਾਂ ਮੈਂ ਖਾਂਦੀ ਨਹੀਂ ਹੈਗੀ ਘਰ ਦੇ, ਮੈਂ ਤਾਂ ਸ਼ਾਹੀ ਪਨੀਰ ਖਾ ਕੇ ਆਈ ਸੀ, ਹੁਣ ਉਹ ਮੇਰੇ ਲਈ ਸੱਸ ਲੈ ਕੇ ਆਈ ਸੀ ਕਿਸੇ ਦੇ ਘਰੋਂ। ਬੂ ਕੁੜੇ ਤੇਰੀ ਸੱਸ ਨੂੰ ਹੋਰ ਕੋਈ ਕੰਮ ਹੀ ਨਹੀਂ, ਕਦੇ ਸ਼ਾਹੀ ਪਨੀਰ ਲਿਆਉਂਦੀ ਆ, ਕਦੇ ਭੁਰਜੀ, ਕਦੇ ਮੀਟ, ਲੋਕਾਂ ਦੇ ਘਰ ਢੋਈ ਜਾਂਦੀ ਆ ਹਨਾ ਉਹ ਤਾਂ। ਨਹੀਂ ਉਹਦੀ ਬਣਦੀ ਇੰਨੀ ਹੈ, ਉਹਦੀ ਪਤਾ ਕੀ ਸਾਰੇ ਪਿੰਡ 'ਚ ਜਾਣ ਪਛਾਣ ਹੈ, ਵਧੀਆ ਸਾਰਿਆਂ ਨੂੰ ਵਧੀਆ ਪਿਆਰ ਨਾਲ ਚਾਚੀ ਚਾਚੀ ਕਹਿੰਦੇ ਨੇ, ਤਾਂ ਕਰਕੇ ਹਰੇਕ ਨੂੰ ਹਰੇਕ ਚੀਜ਼ ਦੇ ਦਿੰਦਾ ਇਹਨੂੰ। ਨਹੀਂ ਤੇਰੀ ਸੱਸ ਨੂੰ ਕਿਹੜਾ ਕੱਲੀ ਨੂੰ ਚਾਚੀ ਕਹਿੰਦੇ ਨੇ, ਜਦ ਮੇਰੀ ਸੱਸ ਹੁੰਦੀ ਸੀ ਤੇ ਉਹ ਨਹੀਂ ਭਾਈ ਕਿਸੇ ਦਾ ਖਾਂਦੀ ਖੁੰਦੀ ਸੀ, ਸੰਗ ਮੰਨਦੇ ਸੀ ਅਸੀਂ ਤਾਂ। ਨਹੀਂ ਭੈਣੇ ਲੱਗਦਾ ਬੰਦਾ, ਤੂੰ ਚਾਹ ਬਣਾ ਕੇ ਲਿਆ, ਇੰਨਾ ਟਾਈਮ ਕਿੱਥੇ ਮੇਰੇ ਕੋਲੇ, ਮੈਂ ਜਾਣਾ ਵੀ ਹੈ। ਚੱਲ ਲਿਆ ਦਿੰਨੀ ਆ ਮੜੀ ਜੀ ਲਸਣ, ਛਿੱਲ ਦੇ ਮੇਰੀ, ਆਈ ਮੈਂ ਛਿੱਲਦੀ ਆ ਤੇਰੀ ਲਸਣ, ਸਾਰਾ ਕੁਛ ਛਿੱਲ ਕੇ ਜਾਊਂ, ਇੱਕ ਕੌਲੀ ਤਾਂ ਲੈ ਜਾਨੀ ਆ, ਕੌਲੀਆਂ ਵੀ ਤੰਨੇ ਨੇ ਸਾਡੇ ਘਰੇ। ਨਹੀਂ ਆ ਕੀ ਪੈਡ ਜਾ ਕਿਵੇਂ, ਲੈ ਇਹਦਾ ਤਾਂ 200 ਹੀ ਬਟੂਗਾ, ਆਹ ਦੇਖਦੀ ਆ ਕਿਵੇਂ ਹੈਗਾ। ਨਹੀਂ ਇਹ ਤਾਂ ਵੱਡਾ ਫੋਨ ਹੈ, ਜਿਹੜਾ ਕੀ ਕਹਿੰਦੇ ਹੁੰਦੇ ਨੇ ਇਹਨੂੰ, ਅੱਧਾ ਐਪਲ ਜਿਹਾ ਖਾਧਾ ਹੁੰਦਾ। ਲੈ ਨਹੀਂ ਕਿੰਨਾ ਸੋਹਣਾ ਫੋਨ ਹੈ, 4-5 ਹਜ਼ਾਰ ਤਾਂ ਬੇਟਾ ਹੀ ਹੋਊਗਾ ਇਹਦਾ। ਚੱਲ ਇਹ ਜੀ ਦੁੱਧ 'ਚ ਪੱਤੀ ਪਾਈ ਹੈ, ਇਹ ਵੀ ਯਾਦ ਹੈ ਰੱਖੋ ਮੈਨੂੰ। ਹੈਂ ਇਹ ਕਿੱਧਰ ਵੱਗ ਗਈ? ਲੈਦਾ ਵੀ ਸਰੇ ਹੀ ਪਿਆ, ਰੋਜ਼ ਐਂ ਕਰਦੀ ਹੈ, ਮੈਨੂੰ ਕਹਿੰਦੀ ਹੈ ਚਾਹ ਬਣਾ ਲੈ, ਆਪ ਚੱਕ ਕੇ ਬੂਥਾ ਤੁਰ ਪੈਂਦੀ ਹੈ। ਚੱਲ ਦੁੱਧ 'ਚ ਪੱਤੀ ਪਾਈ ਹੈ, ਮੈਂ ਪੀ ਲੈਂਦੀ ਅੰਦਰ ਜਾ ਕੇ ਛਿੱਲ ਨੂੰ ਲਸਣ ਵੀ। ਲਵਪ੍ਰੀਤ ਤੇਰਾ ਫੋਨ ਦੇ ਮਾੜਾ ਜਿਹਾ, ਮੈਂ ਕਾਲ ਕਰਨੀ, ਮੇਰੇ ਵਾਲੇ 'ਚ ਪੈਕ ਮੁੱਕ ਗਿਆ। ਅੱਛਾ ਉਹ ਪਿਆ ਜੋ ਮੰਜੇ 'ਤੇ ਪਿਆ ਬਾਹਰ।
ਮੇਰੀ ਗੱਲ ਸੁਣੋ ਨਾਲੇ ਆਪਦੇ ਫੋਨ ਚ ਪੈਸੇ ਪੂਸੇ ਵੀ ਪਵਾ ਲਓ ਹੁਣ ਮੇਰੇ ਨਾਲ ਤੇ ਫੋਨ ਕਰੀ ਜਾਣਾ ਬੈਕ ਪਤਾ ਨਹੀਂ ਲੱਗਿਆ ਨਾ ਇਹ ਤੇ ਨੰਬਰ ਭਰ ਲਾ ਹੁਣ ਮੈਂ ਸੌਰੀ ਕੀ ਹੋ ਗਿਆ ਫੋਨ ਤਾਂ ਮੈਂ ਉਰੇ ਰੱਖ ਕੇ ਗਈ ਸੀ ਅੰਦਰ ਦੇਖ ਕੇ ਆਇਆ ਮੜੇ ਜੇ ਬੈਡ ਤੇ ਤਾਂ ਨਹੀਂ ਪਿਆ ਹੈਗਾ ਤੂੰ ਦੇਖ ਕੇ ਆ ਪਰ ਕਵਰ ਤਾਂ ਮੈਂ ਲਾਇਆ ਨਹੀਂ ਹੈਗਾ ਫੋਨ ਦਾ ਚਾ ਦੇਖ ਕੇ ਇੱਕ ਮਿੰਟ ਮੈਂ ਦੇਖ ਕੇ ਆਈ ਮੇਰੀ ਗੱਲ ਸੁਣਿਓ ਮੈਂ ਤਾਂ ਦੋਏ ਕਮਰੇ ਚ ਦੇਖਿਆ ਹੀ ਮੇਰਾ ਫੋਨ ਤਾਂ ਕਿਤੇ ਵੀ ਨਹੀਂ ਹੈਗਾ ਨਾ ਫਿਰ ਐਂ ਕਿੱਧਰ ਭੱਗ ਗਿਆ ਅੱਛਾ ਵੀ ਫੋਨ ਗਾਇਬ ਹੋ ਗਿਆ ਕਵਰ ਇੱਥੇ ਰਹਿ ਗਿਆ ਹੈ ਸੌਂ ਲੱਗੇ ਮੈਨੂੰ ਸੱਚੀ ਨਹੀਂ ਪਤਾ ਹੈਗਾ ਮੈਂ ਤਾਂ ਇੱਥੇ ਬੈਠੀ ਲਸਣ ਛਿੱਲੀ ਜਾਂਦੀ ਸੀਗੀ ਦੋਵੇਂ ਫੋਨ ਪਏ ਸੀ ਮੇਰੇ ਕੋਲੇ ਮੈਂ ਤਾਂ ਲਸਣ ਵਾਲੀ ਕੌਲੀ ਵੀ ਚੱਕ ਕੇ ਲੈ ਗਈ ਉਦੋਂ ਤਾਂ ਫੋਨ ਪਿਆ ਸੀ ਹੁਣ ਤਾਂ ਨਹੀਂ ਕੋਈ ਆਇਆ ਆਪਣੇ ਘਰੇ ਯਾਦਗਾਰ ਕੋਈ ਨਾ ਤੇ ਮੇਰੀ ਗੱਲ ਸੁਣ ਮੈਂ ਆਪਦੇ ਫੋਨ ਚ ਪੈਕ ਪਵਾ ਕੇ ਨਾ ਫੋਨ ਲਾ ਕੇ ਦੇਖਦਾ ਇੱਥੇ ਕਿਤੇ ਪਿਆ ਹੋਊਗਾ ਲੈ ਇੱਕ ਮਿੰਟ ਆਏ ਤੋਂ ਲਾ ਕੇ ਦੇਖਦਾ ਹੁਣ ਐ ਨਾ ਕਹਦੇ ਵੀ ਬੰਦ ਐ ਸਵਿਚ ਆਫ ਐ ਲੈ ਕਰਤੀ ਨਾ ਉਹੀ ਗੱਲ ਕਮਾਲ ਹੋ ਗਈ ਫਿਰ ਆਪਣੇ ਘਰੇ ਤਾਂ ਮੇਰੀ ਗੱਲ ਸੁਣਿਓ ਹਾਂ ਆਪਣੇ ਘਰੇ ਪ੍ਰੀਤੋ ਆਈ ਸੀ ਪਰ ਉਹ ਕਿਹੜਾ ਫੋਨ ਚੱਕ ਸਕਦੀ ਐ ਉਹ ਕਿਹੜਾ ਚੋਰ ਨਹੀਂ ਐ ਫਿਰ ਚੱਕ ਕੇ ਕੌਣ ਲੈ ਗਿਆ ਫੋਨ ਨਾਲ ਇਹਨੂੰ ਤਾਂ ਚਲਾਉਣਾ ਵੀ ਨਹੀਂ ਆਉਂਦਾ ਉਹਦੇ ਕੋਲ ਤਾਂ ਬਟਨ ਵਾਲਾ ਵੀ ਨਹੀਂ ਉਹਦੇ ਮੂੰਹ ਤੇ ਲਿਖਿਆ ਵੀ ਉਹ ਚੋਰੀ ਨਹੀਂ ਹੈਗੀ ਤੁਹਾਡੇ ਦਿਮਾਗ 'ਚ ਫਰਕ ਐ ਮੇਰੇ ਆ ਭੈਣਾ ਵਾਂਗੂ ਵਰਤਾ ਕਰਦੀ ਐ ਮੇਰੇ ਨਾਲ ਉਹ ਮੇਰਾ ਫੋਨ ਚੱਕੂਗੀ ਭਲਾ ਨਾ ਮੈਨੂੰ ਤੂੰ ਆਪ ਦੱਸ ਤੂੰ ਕਹਿੰਦੀ ਐ ਮੈਂ ਇੱਥੇ ਲਸਣ ਦੀ ਗੰਡੇ ਛਿੱਲੀ ਜਾਂਦੀ ਸੀਗੀ ਪੱਕਾ ਤੁਹਾਡੇ ਨਾਲ ਕੋਈ ਖੇਤੋਂ ਖੂਤੋਂ ਆਇਆ ਹੋਣਾ ਪੱਕਾ ਕੋਈ ਲੈ ਗਿਆ ਹੋਣਾ ਚੱਕ ਕੇ ਨਹੀਂ ਘਰ ਹੀ ਨਹੀਂ ਆਇਆ ਮੈਂ ਤਾਂ ਬਾਜ਼ਾਰ 'ਚ ਜਾਣ ਲੱਗਿਆ ਸੀ ਮੈਂ ਤਾਂ ਕੱਪੜੇ ਵੀ ਹੁਣੇ ਪਾਏ ਸੀ ਆ ਕੇ ਨਾ ਆ ਕੇ ਹਾਏ ਵੀ ਰੱਬਾ ਮੇਰਾ 40,000 ਦਾ ਫੋਨ ਸੀ ਹੁਣ ਕੀ ਕਰਾਂ 40,000 ਦਾ ਉਹਦੇ ਕੋਲ ਹੀ ਹੋਊਗਾ ਦੇਖ ਲਈ ਤੂੰ ਹੋਰ ਕੋਈ ਬੰਦਾ ਆਇਆ ਵੀ ਨਹੀਂ ਚੌਥਾ ਆਪਾਂ ਤਿੰਨ ਜਣੇ ਤਾਂ ਹੈਗੇ ਸੀ ਘਰੇ ਨਹੀਂ ਜੇ ਉਹਨੇ ਮੇਰਾ ਫੋਨ ਚੱਕਿਆ ਫਿਰ ਆ ਫੋਨ ਵੀ ਚੱਕਦੀ ਉਹ ਆ ਕਵਰ ਵੀ ਤਾਂ ਚੱਕ ਕੇ ਲੈ ਕੇ ਜਾਂਦੀ ਉਹ ਇੰਨਾ ਕੁ ਤਾਣਪੜ ਨੂੰ ਵੀ ਪਤਾ ਵੀ ਆ ਟੱਚ ਫੋਨ ਆ ਮਹਿੰਗਾ ਉਹ ਚੋਰੀ ਕਰਨ ਵਾਲਾ ਵੱਡੀ ਚੀਜ਼ ਹੀ ਚੱਕੂਗਾ ਛੋਟੀ ਥੋੜੀ ਚੱਕੂਗਾ ਹਾਏ ਰੱਬਾ ਇੰਨਾ ਮਹਿੰਗਾ ਫੋਨ ਚੱਕ ਲਿਆ ਮੇਰਾ ਪਰ ਪ੍ਰੀਤ ਨੇ ਨਹੀਂ ਚੱਕਿਆ ਜੀ ਆ ਤਾਂ ਮੈਨੂੰ ਪੂਰਾ ਵਿਸ਼ਵਾਸ ਹੈਗਾ ਤੁਸੀਂ ਤਾਂ ਨਾ ਉਹੀ ਉਹ ਤੇ ਮੱਚਦੇ ਹੋ ਪਤਾ ਨਹੀਂ ਕਾਹਤੋਂ ਤੁਹਾਨੂੰ ਤਾਂ ਐ ਕਦੋਂ ਦੋ ਜਣੀਆਂ ਅੱਡ ਹੋ ਜਾਣ ਸਾਰੇ ਪਿੰਡ ਦੀਆਂ ਖਬਰਾਂ ਮੇਰੇ ਕੰਨ 'ਚ ਪਾਉਂਦੀਆਂ ਲਿਆ ਕੇ ਉਹਨੂੰ ਮੈਂ ਮਾੜੀ ਕਿਵੇਂ ਕਹਿ ਦੂੰ ਅੱਛਾ ਇਹ ਚੰਗੀ ਗੱਲ ਹੈ ਵੀ ਸਾਰੇ ਪਿੰਡ ਦੀਆਂ ਖਬਰਾਂ ਤੇਰੇ ਕੰਨ 'ਚ ਪਾਉਂਦੀ ਆ ਕੇ ਅੱਛਾ ਉੱਗ ਸੁੱਗ ਲੈਣੀ ਨਹੀਂ ਚਾਹੀਦੀ ਇਹ ਪਿੰਡ ਦੀ ਉਹ ਚੰਗਾ ਤੂੰ ਆਪਦਾ ਫੋਨ ਲੱਭ ਲੈ ਠੀਕ ਹੈ ਨਾ ਫਾਲਤੂ ਗੱਲਾਂ ਨਾ ਕਰੋ ਕੋਈ ਨਾ ਮੈਂ ਹੋਰ ਲੈ ਆਉਂਗੀ ਫੋਨ ਤਾਂ ਪਰ ਮੈਂ ਪਤਾ ਕਰਕੇ ਰਹੂੰਗੀ ਕਿ ਜੇ ਤੁਸੀਂ ਨੇ ਚੋਰੀਆਂ ਚੱਕ ਕੇ ਵੇਚਤਾ ਹੋਵੇ ਤੁਸੀਂ ਤਾਂ ਪਹਿਲੀ ਨਹੀਂ ਜਰਦੇ ਵੀ ਮੈਂ ਆਪਦੀ ਮਾਂ ਨੂੰ ਕਿਉਂ ਫੋਨ ਲਾਉਣੀ ਆ ਚੱਲ ਚੰਗਾ ਮੈਂ ਰਿਪੋਰਟ ਲਿਖਾਇਆ ਹੁਣ ਲੈ ਕੁੜੇ ਪੁੱਤ ਕੀ ਗੱਲ ਸੁੱਖ ਵੀ ਹੈ ਤੂੰ ਮੂੰਹ ਐਜਾ ਕਰ ਰੱਖਿਆਗਾ ਸਤਿ ਸ਼੍ਰੀ ਅਕਾਲ ਤਾਈ ਸਤਿ ਸ਼੍ਰੀ ਅਕਾਲ ਭਾਈ ਨਹੀਂ ਕਾਹਦੀ ਸੁੱਖ ਹੈ ਤਾਈ ਉਹੀ ਗੱਲ ਜੀ ਤੋਂ ਡਰਦੀ ਤੀ ਉਹੀ ਕੁਛ ਹੋ ਗਿਆ ਹਾਏ ਮੈਂ ਮਰ ਜਾ ਕੀ ਹੋ ਗਿਆ ਹੋਣਾ ਕੀ ਤੀ ਨਹੀਂ ਆ 40,000 ਦਾ ਫੋਨ ਦਵਾਇਆ ਸੀ ਮੈਨੂੰ ਸੇਵ ਜੇ ਵਾਲਾ ਤੇਰੇ ਪੁੱਤ ਨੇ ਜਨਮ ਦਿਨ ਤੇ ਕੋਈ ਕੰਜਰੀ ਲੈ ਗਈ ਚੱਕ ਕੇ ਇਹਨੂੰ ਪੁੱਤੀ ਹਾਏ ਮੈਂ ਮਰ ਜਾ ਭਾਈ ਬਾਲੇ ਹੀ ਮਾੜਾ ਕੰਮ ਹੋਇਆ ਤਾਂ ਹੈ ਲੈ ਹੋਰ ਇਦੂ ਤੂੰ ਦੀ ਮਾੜੇ ਕੀ ਹੋਊਗਾ ਤਾਈ ਫਿਰ ਵਰਿੰਦਰ ਨੇ ਕੁਛ ਬੋਲਿਆ ਲੈ ਉਹ ਤਾਂ ਮੇਰੀ ਗੁੱਤਨੀ ਨੂੰ ਗੇੜਾ ਦੇਣ ਨੂੰ ਤਿਆਰ ਹੋ ਰਿਹਾ ਹੁਣ ਮਹਾ ਮੇਰਾ ਕੀ ਕਸੂਰ ਹੈ ਸੌ ਹੁੰਦੀਆਂ ਨੇ ਕੋਈ ਖੰਡ ਲੈਣ ਆ ਗਈ ਕੋਈ ਮਿਰਚਾਂ ਲੈਣ ਆ ਗਈ ਕੋਈ ਹਲਦੀ ਲੈਣ ਆ ਗਈ ਮੈਥੋਂ ਅਹੀ ਜੀ ਭੋਲੀਆਂ ਮੈਂ ਤਾਂ ਜਵਾਬ ਨਹੀਂ ਦਿੱਤਾ ਜਾਂਦਾ ਆ 2 ਘੰਟੇ ਪਹਿਲਾਂ ਤੇਰੀ ਨੂੰ ਆਈ ਤੀ ਭੈਣੇ ਉਦੋਂ ਉਦੀ ਹੋਇਆ ਮੇਰਾ ਤਾਂ ਫੋਨ ਗਾਇਬ ਹਾਏ ਮੈਂ ਮਰ ਜਾ ਮਗਰ ਦੀ ਮਗਰ ਕੋਈ ਵੜ ਗਈ ਹੋ ਭਾਈ ਕੀ ਪਤਾ ਕੋਈ ਬੰਦਾ ਹੈ ਕਿ ਬੁੜੀ ਆਈ ਹੈ ਇਹ ਕੀ ਪਤਾ ਲੱਗਦਾਗਾ ਕੀ ਪਤਾ ਹੁਣ ਤੇ ਮੈਂ ਤਾਂ ਆਇਆ ਇਸ ਮਹਲੇ ਚੱਲ ਮੈਂ ਵੀ ਮਿਰਚਾਂ ਦੀ ਕੌਲੀ ਲੈ ਕੇ ਆਉਣੀ ਆ ਸਾਰੇ ਮਿਰਚਾਂ ਮੁੱਕੀਆਂ ਪਈਆਂ ਨੇ ਅੱਛਾ ਬਹੂ ਕਹਿੰਦੀ ਵੀ ਮਿਰਚਾਂ ਦੀ ਕੌਲੀ ਚੱਲ ਉਧਰੋਂ ਲਿਆ ਤੂੰ ਕੋਈ ਨਾ ਤਾਈ ਤੈਨੂੰ ਕਾਹਦਾ ਜਵਾਬ ਹੈ ਗੁੜੇ ਹੈ ਆਪਣਾ ਤਾਂ ਘਰ ਬਣਿਆ ਹੋਇਆ ਪੁੱਤ ਉਹ ਕਹਿੰਦਾ ਕਹਿੰਦੇ ਆਪਾਂ ਤਾਂ ਪਹਿਲੇ ਦਿਨੋਂ ਦੇਖ ਘਰ ਬਣਿਆ ਹੋਇਆ ਪਹਿਲਾਂ ਪ੍ਰੀਤ ਆਈ ਸੀ ਉਹਨੇ ਲੈ ਕੇ ਗਈ ਫਿਰ ਉਹ ਲੈ ਜਾਂਦੀਗਾ ਪੁੱਤੋਂ ਭੁੱਲ ਗਈ ਉਹਨੂੰ ਮੈਂ ਕਿਤੇ ਮੈਂ ਛੇਤੀ ਆ ਜੀ ਉਹ ਵੀ ਕੰਮਾਂ ਦੀ ਕਹਾਣ ਦੇ ਵਿੱਚ ਭੁੱਲ ਗਈ ਹਾਂ ਉਹ ਤਾਂ ਵਿਚਾਰੀ ਬਲਾਈ ਚੰਗੀ ਐ ਮੈਨੂੰ ਤਾਂ ਆਪਦੀ ਵੱਡੀ ਭੈਣ ਬਣਾ ਰੱਖਿਆ ਪ੍ਰੀਤ ਨੇ ਤਾਂ ਹੀ ਤਾਂ ਕਹਿੰਦੇ ਪੁੱਤ ਸੱਚੀ ਸਾਨੂੰ ਤਾਂ ਬਾਹਲੇ ਦੁੱਖ ਹੋਇਆ ਤੇਰੇ ਆਹ ਮਮੈਲ ਦਾ ਸੁਣ ਕੇ ਅੱਜ ਪ੍ਰੀਤ ਨੂੰ ਵੀ ਦੱਸਦੀ ਤੂੰ ਦੱਸੂਗੀ ਪੁੱਤ ਤੇ ਅੱਜ ਤਾਂ ਤੇਰਾ ਮਮੈਲ ਚੱਕਿਆ ਤੀ ਕਿਸੇ ਨੇ ਕੱਲ ਨੂੰ ਕੋਈ ਕੁਝ ਹੋਰ ਚੱਕ ਕੇ ਲੈ ਜਾਊਗਾ ਐ ਕਿ ਮੈਂ ਚੱਕ ਲੂ ਖਾਖਾਂ ਨਹੀਂ ਪਾੜ ਦੂੰਗੀ ਕੁੱਤੇ ਦੀਆਂ ਬੜੇ ਕੋਈ ਘਰੇ ਮੇਰੇ ਉਹ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਕੋਈ ਬਾਹਰ ਦੀ ਬਾਹਰ ਲੈ ਗਿਆ ਪੁੱਤ ਮੇਰੀ ਗੱਲ ਸੁਣ ਲੈ ਜਦੋਂ ਕੋਈ ਚੀਜ਼ ਚੱਕਦਾ ਨਾ ਐ ਤਾਂ ਕੋਈ ਪਤਾ ਹੀ ਨਹੀਂ ਲਾਉਂਦਾ ਕਹਿੰਦੇ ਹੁੰਦੇ ਨੇ ਅੱਖੀਂ ਘੱਟਾ ਪਾ ਜਾਂਦੇ ਨੇ ਤਾਈ ਕੀ ਪਤਾ ਕੰਜਰ ਨੇ ਚੱਕਿਆ ਹੈਗਾ ਕੰਜਰੀ ਨੇ ਪੁੱਤ ਚੱਲ ਕੋਈ ਨਾ ਗਾਲਾਂ ਨਹੀਂ ਦਿੰਦੇ ਹੁੰਦੇ ਕਹਿੰਦੇ ਹੁੰਦੇ ਮਾੜੀਆਂ ਹੁੰਦੀਆਂ ਨੇਗੀਆਂ ਹਨਾ ਚੱਲ ਮੈਂ ਤੇਰੇ ਮਿਰਚਾਂ ਦੀ ਕੋਈ ਲਿਆਦਾ 4-5 ਚਮਚੇ ਬਹੁਤ ਨੇ ਚੱਲ ਜਿੰਨੇ ਕਹੇ ਕਹਿੰਦੇ ਪੁੱਤ ਕੇਰਾਂ ਦਾ ਨੰਗਾ ਸਰ ਜੂਗਾ ਤੜਕੇ ਨੂੰ ਮੱਡੇ ਚ ਜਾ ਕੇ ਲੈ ਆਉਂਗੀ ਕੋਈ ਨਾ ਲਿਆ ਆਉਂਗੀ ਬਹਿ ਜਾ 2 ਮਿੰਟ ਚ ਆ ਗਈ ਤਾਈ ਚੰਗਾ ਪੁੱਤ ਚੰਗਾ ਤੈਨੂੰ ਕੀ ਪਤਾ ਭੋਲੀਏ ਤੇਰਾ ਘਰ ਦਾ ਸੀ ਨੇ ਅੱਧਾ ਢੋਲਿਆ ਤੂੰ ਕੀ ਜਾਣੇਗੀ ਛੱਡ ਦੇ ਤੇਰੇ ਕੋਲੇ ਹੁਣ ਵੀ ਨਹੀਂ ਅਸੀਂ ਕੁਛ ਬੇ ਆ ਜਾ ਮਰ ਜਾ ਗਾਹਾਂ ਹੋ ਜਾ ਐਂ ਕਰ
सिउने बरोबर है जिहड़ा पित्तल अजकल भाला नहीं थोड़ा हैगा जिहड़ा अगला ब्याह दे विच भी पित्तल दी परांत देवे ना उहनूं भी ऐ कहिंदे बाले ही सोहना पित्तल दित्ता भाई इन्हां ने तां चल देखी जांदे मैनूं तां इह एवें समझदी आ ओह मैं 3000 दा साइकल चक लिया लै ताई मिर्चां लिया पुत्त इन्नियां दी भी की लोड़ सी नाले रह जांदी दे अखां च ही पैणगियां है ओहो मैं तां कहनी सी पुत चल कोई ना सवेरे परसों मैं मुड़ जूंगी कोई ना ताई मैनूं तां फोन दी टेंशन लग रही है मिर्चां दी तां केड़ी गल हैगी कोई ना पुत तू फिकर ना कर ताई तेरे नाल हैगी सच्ची मेरी मां आई थी तड़की पित्तल दे भांडे लेके गई है मैनूं सौ खा भी होर ओ तां इन्नी खुश होई देख के भी तैनूं बरिंदर ने एडा फोन दवाता हुण मैं मेरी मां नूं की कहां ओ पईए प्रांत मैनूं दिखा पुत कहे जी हैगी एक मिनट लगदा मैं रसोई च तेरे ही मैं लेके आनी है ना पुत कोई ना जे प्रांत होगी ही मिलूगी कमाल है प्रांत गई किधर ताई मैं ता सारी रसोई थल मारी प्रांत ही नहीं हैगी किते है? मैं ता उदे नाले लाई सी प्रांत मैनूं ता लगदा प्रांत वाले भी हाथ तवाते किसे ने नहीं भाई मैं ता तैनूं होर गल कहनी आ किते गुस्सा भी ना कर जी किते साडे घर दे विच कोई आउंदा नहीं भूत पाते चीजां ले जांदी है होर ये भी हो जांदा है लै मैं कहनी आ भूत ता सब कुछ उड़ा के ले जांदे ता नहीं ताई जो मैं छोटी होंदी थी ना मैं एक नाटक देखी थी तर्कशील वाले ओ च ई चीजा गायब होंदी थी उन्हां दे भूत निकलिया थी देख लै फिर मैं सच बोलदी आ ना हुण तां ताई दी गल ते यकीन होऊ तैनूं जिहड़े भूतां दीआं गल्लां ला रखियां ने ओ प्रांत फिर गायब हो गई जिहड़ी मेरी मां मैनूं पित्तल दा पतीला ते प्रांत दे के गई सी प्रांत नहीं हैगी आ बाहर लाई सी मैं धोण वास्ते भी धोऊंगी मस्ती वाली कमाली हुई पई है कदे फोन कदे प्रांत मैं कमाल तां थोड़ी हुई पई है कि अच्छा ਕਿ ਮੈਂ ਕੀ ਜਾਣ ਕੇ ਚੀਜ਼ਾਂ ਖੋਨੀ ਆ ਮੇਰਾ ਕੀ ਕਸੂਰ ਹੈ ਹੁਣ ਜੁੱਡੀ ਜਾਂਦੀਆਂ ਨੇ ਚੀਜ਼ਾਂ ਹਵਾ ਚ ਕਸੂਰ ਤੇਰੇ ਹੀ ਹੈ ਜਦੋਂ ਬਗਾਨੀਆਂ ਬੁੜੀਆਂ ਨੂੰ ਘਰੇ ਬਿਠਾਈ ਰੱਖਦੀ ਨਾ ਤੂੰ ਲੈ ਤੇ ਭਾਈ ਫੇਰ ਕੀ ਹੋ ਗਿਆ ਤੂੰ ਮੈਨੂੰ ਸੁਣਾਈ ਜਾਂ ਕਾਦੀਆਂ ਕਰਦਾਂਗਾ ਦੱਸ ਮੈਂ ਤਾਂ ਮਿਰਚਾਂ ਦੇ ਦੋ ਚਮਚੇ ਲੈਣ ਆਈ ਸੀ ਤੁਸੀਂ ਇਹਨੂੰ ਕਾਹਨੂੰ ਕਹਿੰਦੇ ਤਾਈ ਨੂੰ ਜੀ ਉਹੀ ਮਾਰੀ ਜੰਨੇ ਉਸ ਤਾਂ ਤਾਈ ਨੂੰ ਕਿ ਨਹੀਂ ਮੈਂ ਸਾਰਿਆਂ ਨੂੰ ਹੀ ਕਿਹਾ ਬਾਬੇ ਬੁੱਬੇ ਨੂੰ ਬੁਲਾ ਲਓ ਆਪਣੇ ਤਾਂ ਕੋਈ ਪ੍ਰੇਤ ਬੜਿਆ ਹੋਇਆ ਹੈ ਉਹ ਪ੍ਰੇਤ ਦੇ ਅੱਛਾ ਠੀਕ ਹੈ ਪ੍ਰੇਤ ਦੇ ਚੀਜ਼ਾਂ ਚੱਕਦਾ ਫਿਰਦਾ ਬੇ ਵੀਰ ਬਥੇਰਾ ਕੁਛ ਉੱਡ ਜਾਂਦਾ ਹੁੰਦਾ ਹੈ ਪ੍ਰੇਤ ਤਾਂ ਕੱਖ ਨਹੀਂ ਛੱਡਦੇ ਹੁੰਦੇ ਘਰ ਦੇ ਵਿੱਚ ਤੁਹਾਡਾ ਕੀ ਉੱਡਿਆ ਮੈਨੂੰ ਐ ਦੱਸੋ ਬੇ ਸਾਡੇ ਬਥੇਰਾ ਲੈ ਚਮਚਾ ਸਾਡੇ ਘਰ ਇਹ ਇਹਨਾਂ ਦੇ ਜ਼ਰੂਰੀ ਥੋੜੀ ਹੈ ਵੀ ਇਹਨਾਂ ਦੇ ਵੀ ਪ੍ਰੇਤ ਹੈਗਾ ਉਹ ਤਾਂ ਜਿਹਦੇ ਮੋਹ ਕਰਦਾ ਹੁੰਦਾ ਉਹਨਾਂ ਦੇ ਘਰ 40000 ਦਾ ਫੋਨ ਉੱਡ ਗਿਆ ਪਿੱਤਲ ਦੀ ਪ੍ਰਾਂਤ ਉੱਡ ਗਈ ਹੋਰ ਵੀ ਚਾਕੀ ਮਾਰ ਲਓ ਇੱਕ ਅੱਧੀ ਚੀਜ਼ ਹੋਰ ਉੱਡੀ ਹੋਊਗੀ ਫੋਨ ਦੇ ਮੈਂ ਰਿਪੋਰਟ ਲਿਖਾਇਆ ਸੀ ਉਹਦਾ ਜਦੋਂ ਆਉਣਾ ਹੋਗਾ ਨਾ ਨਾਲ ਦੀ ਨਾਲ ਚੱਕ ਲੈਣਗੇ ਉਹਨੂੰ ਤਾਂ ਲੜਨਾ ਪਊਗਾ ਮੁੰਡੇ ਦੇ ਨਾਲ सिर्फ दो चीजा ते गौर करिए सारा घर थल मार ला सारा घर मैनूं तां लगदा अद्धा समान अपना गायब होया होना घरों टोकरे च सारियां पंज कौलियां रह गईआं दो रह गए गिलास चमचा तो एक भी नहीं रहा जाए खाने का पता नहीं कौन होता है जो जेब च बागी बागी जाता है मेरी गल सुन एक गल दसा तेन चोरी ना कैमरे लवा ला घरे मेरे नाल घरे कोई आउंदा नहीं हुण तां ताई दे सामने प्रांत गायब हो गई मेरी हुण मैं किहदे नाल आवां सियाणी ब्याणी है नाले जे चक के भजदी फिर भी पता लगदा इह तां उहदी तां आ गई हुण की करां मैं कोई होर भी चीज़ देख लां किते होर भी चीज़ गायब हो गई होवे कोई बरिंदर दा फोन तां पिया चल
ਲਪ੍ਰੀਤ ਲੈ ਆ ਜਾ ਚਾਚੀ ਬਹਿ ਜਾ ਹਾਂ ਕਿਵੇਂ ਹੋ ਬਹਿ ਜਾ ਹਾਂ ਕੁੜੇ ਲਪ੍ਰੀਤ ਅਸੀਂ ਐ ਸੁਣਿਆ ਵੀ ਤੁਹਾਡੇ ਚੋਰੀ ਚੋਰੀ ਖਾਸੀ ਹੁੰਦੀ ਹੈਗੀ ਤੈਨੂੰ ਕਿੰ ਪਤਾ ਲੱਗੇ ਚਾਚੀ ਮੈਨੂੰ ਤਾਂ ਭਾਣੇ ਪ੍ਰੀਤੋ ਹੀ ਸੱਸ ਨੇ ਦੱਸਿਆ ਬੂ ਮੈਂ ਮਰ ਜਾ ਵਿਚਾਰੀ ਇੰਨੀ ਚੰਗੀ ਹੈ ਕੁੜੇ ਉਹ ਮੇਰੇ ਨਾਲ ਸਾਰੇ ਰੌਲਾ ਪਾਤਾ ਵੀ ਉਹਨਾਂ ਦੇ ਘਰੋਂ ਐ ਚੀਜ਼ਾਂ ਜਾਂਦੀਆਂ ਨੇ ਭੂਤ ਪ੍ਰੇਤ ਚੀਜ਼ਾਂ ਚੱਕਦੇ ਨੇ ਪਤਾ ਨਹੀਂ ਕੋਈ ਚੋਰੀ ਕਰਦਾ ਹੁਣ ਚਾਚੀ ਕੀ ਮੰਨੀਏ ਕੀ ਪਤਾ ਭੂਤ ਪ੍ਰੇਤ ਚੱਕਦੇ ਨੇ ਕੋਈ ਬੰਦਾ ਚੱਕਦਾ ਹੈ ਹਾਂ ਐਂ ਤਾਂ ਕੀ ਪਤਾ ਲੱਗਦਾ ਹੁਣ ਕੀ ਕਰੀਏ ਹਾਂ ਐ ਸਾਡਾ ਨਾਲੇ ਤਾਂ ਮੇਰਾ 40,000 ਦਾ ਫੋਨ ਹੋ ਗਿਆ ਗਾਇਬ ਹਾਂ ਨਾਲੇ ਮੇਰੀ ਮਾਂ ਮੈਨੂੰ ਤੜਕੀ ਤੜਕੀ ਆਈ ਸੀ ਅੱਜ ਤੇ ਪਿੱਤਲ ਦੇ ਭਾਂਡੇ ਦੇ ਕੇ ਗਈ ਸੀ ਉਹਦੇ ਵਿਆਹ ਵਾਲੀ ਪਰਾਤ ਸੀ ਉਹ ਵੀ ਕੋਈ ਕੰਜਰੀ ਡਾ ਕੇ ਲੈ ਗਈ ਹੁਣ ਮੈਂ ਕਿਹਦਾ ਨਾਂ ਲਾਵਾਂ ਕਿਹਦੇ ਰੋਣੇ ਰੋਵਾਂ ਹਾਂ ਫਿਰ ਭਈ ਹੁਣ ਤੂੰ ਮੈਂ ਤਾਂ ਤੇਰੀ ਆਂਟੀ ਨੇ ਐਮਸੀ ਨੂੰ ਵੀ ਦੱਸਿਆ ਸੀ ਵੀ ਆਪਾਂ ਕੋਈ ਥਾਣੇ ਠੂਣੇ ਚ ਰਪਟ ਦੇ ਦਿੰਦੇ ਅੱਜ ਤੇਰੇ ਚੱਕੇ ਜਾਂਦੇ ਆ ਕੱਲ ਨੂੰ ਸਾਡੇ ਚੱਕੂਗਾ ਹੀ ਤਾਈ ਥਾਣੇ ਚ ਰਪਟ ਤਾਂ ਦਿੱਤੀ ਸੀ ਸਿਨੇ ਮੋਬਾਈਲ ਦੀ ਤਾਂ ਹੂੰ ਪਰ ਮੈਨੂੰ ਤਾਂ ਤਾਈ ਐਨਐਸ ਕੇ ਗਈ ਨਸੀਬੋ ਪ੍ਰੀਤੋ ਦੀ ਸੱਸ ਕਹਿੰਦੀ ਤੁਹਾਡੇ ਕੋਈ ਪ੍ਰੇਤ ਪ੍ਰੂਤ ਹੋਣਾ ਕਹਿੰਦੀ ਕਿਉਂ ਮੇਰੀ ਗੱਲ ਸੁਣ ਤਾਈ ਤਾਂ ਉਰੇ ਬੈਠੀ ਮਿਰਚਾਂ ਲੈਣ ਆਈ ਸਾਡੀ ਹੋ ਗਈ ਪ੍ਰਾਂਤ ਗਾਇਬ ਮਿੰਟ ਚ ਤੇ ਜੇ ਤਾਈ ਨੇ ਚੱਕੀ ਹੁੰਦੀ ਭਲਾ ਫਿਰ ਜਦ ਤਾਈ ਵਗ ਜਾਂਦੀ ਉਥੋਂ ਚੱਕ ਕੇ ਹੈ ਚੱਕਦੀ ਦਾ ਪਤਾ ਵੀ ਲੱਗਦਾ ਉਹ ਤਾਂ ਉੱਥੇ ਬੈਠੀ ਸੀ ਉਹ ਤਾਂ ਕੋਈ ਪ੍ਰੇਤ ਪ੍ਰੂਤ ਦਾ ਕੰਮ ਹੈ ਹੁਣ ਪ੍ਰੇਤ ਦੀ ਆਪਾਂ ਰਪਟ ਕੇ ਮਿਲ ਖਾਵਾਂਗੇ ਲਪ੍ਰੀਤ ਕੋਈ ਪਤਾ ਨਹੀਂ ਤਾਈ ਵੀ ਪ੍ਰੇਤ ਲੈ ਕੇ ਆਈ ਹੋਵੇ ਉਹ ਤਾਂ ਨਾ ਸਾਰੇ ਕੋਲੇ ਪੁੱਤ ਤੈਨੂੰ ਢੋ ਭੰਡੀ ਜਾਂਦੀ ਹੈ ਉਹ ਤਾਂ ਕਹਿੰਦੀ ਨਾ ਕਹਿੰਦੀ ਬਹੂ ਨੂੰ ਜਮੇ ਹੀ ਅਕਲ ਨਹੀਂ ਹੈ ਉਹਨਾਂ ਦੀ ਨੂੰ ਕਹਿੰਦੀ ਸਾਰੇ ਚੀਜ਼ਾਂ ਚੂਜ਼ਾਂ ਚ ਕਾਈ ਜਾਂਦੇ ਧਿਆਨ ਨਹੀਂ ਰੱਖਦੀ ਘਰ ਦਾ ਚਾਚੀ ਕਾਨੂੰ ਉਹਦੇ ਇਲਜ਼ਾਮ ਲਾਉਂਦੇ ਹੋ ਤੁਸੀਂ ਉਹ ਤਾਂ ਮੇਰੀ ਮਾਵਾਂ ਵਰਗੀ ਹੈ ਮੈਂ ਨਹੀਂ ਤੁਹਾਡੇ ਤੇ ਵਿਸ਼ਵਾਸ ਕਰਦੀ ਤੁਹਾਡਾ ਤਾਂ ਤੰਨਾਂ ਦਾ ਖਬਰੀ ਟੋਲ ਹੈ ਅਸੀਂ ਤਾਂ ਦੇਖ ਭਾਈ ਖਬਰੀ ਟੋਲਾ ਅਸੀਂ ਤਾਂ ਨਾਲ ਐਮਸੀ ਨੂੰ ਲੈ ਕੇ ਆਈਆਂ ਸੀ ਵੀ ਤੇਰਾ ਭਲਾ ਹੋ ਜੇ ਵੀ ਉਹ ਤੈਨੂੰ ਐ ਭਾਂਡਦੇ ਫਿਰਦੇ ਨੇ ਊਂ ਤੇਰੀ ਮਰਜ਼ੀ ਆ ਮੈਂ ਨਹੀਂ ਚਾਹੇ ਤਾਈ ਖਬਰ ਖੁਬਰ ਚਾਚੀ ਲਵਾਉਂਦੀ ਕੋਈ ਤੁਹਾਡੀ ਮਰਜ਼ੀ ਮੈਂ ਚਾਹ ਬਣਾ ਕੇ ਲਿਆਵਾਂ ਜੀ ਪੀਣੀ ਹੈ ਨਾ ਅਸੀਂ ਤਾਂ ਚਾਹ ਪੀਣੀ ਨਹੀਂ ਭਾਈ ਜਦੋਂ ਤੂੰ ਸਾਨੂੰ ਐ ਨਹੀਂ ਮੰਨਦੀ ਵੀ ਹਾਂ ਮੇਰੀ ਸੱਚੀ ਗੱਲ ਹੈ ਤੈਨੂੰ ਆਊਗਾ ਸੱਚ ਇੱਕ ਦਿਨ ਚੱਲ ਕੋਈ ਨਾ ਕੋਈ ਨਾ ਤਾਂ ਹਮਦਰਦੀ ਚਾਹੀਦੀ ਸੀ ਤੇਰੇ ਕੋਲ ਚੱਲ ਕੋਈ ਨਾ ਦੇਖ ਲਾਂਗੇ ਸੱਚ ਸਾਹਮਣੇ ਆਊਗਾ ਚਾਹ ਪੀਣੀ ਹੈ ਨਾ ਦੱਸੋ ਨਾ ਬਸ ਨਾ ਚਾਹ ਅਸਤਾ ਜਾਣਿਆ ਭਾਈ ਚੰਗਾ ਇਹਨਾਂ ਦਾ ਵੀ ਸਰੀ ਪਿਆ ਖਬਰੀ ਟੋਲੇ ਦਾ ਕਦੇ ਇੱਧਰ ਕਦੇ ਇੱਧਰ ਇਹ ਤਾਂ ਆਈ ਚਾਹੁੰਦੀਆਂ ਨੇ ਸਾਰਾ ਦਿਨ ਰੱਬ ਅੱਗੇ ਇਹੀ ਅਰਦਾਸ ਕਰਦੀਆਂ ਨੇ ਵੀ ਕਦੋਂ ਲੋਕਾਂ ਦੇ ਘਰੇ ਮਾੜਾ ਹੋਵੇ ਤੇ ਕਦੋਂ ਅਸੀਂ ਅਖਬਾਰ 'ਚ ਛਾਪੀਏ ਦੁਨੀਆਂ ਦਾ ਵੀ ਸਰੀ ਪਿਆ ਕਿਸੇ ਦਾ ਦੁੱਖ ਦਰਦ ਤਾਂ ਕੀ ਵਡਾਉਣਾ ਸੀ ਖਬਰਾਂ ਛਪਾਉਣ ਦੀ ਹੋ ਗਈ ਬਿੰਦ ਆਰਾਮ ਕਰ ਲਾ ਮਰਾ ਬਾਜ਼ਾਰ 'ਚ ਤਾਂ ਵਗ ਜਾਓ ਮੋਟਰਸਾਈਕਲ ਨੂੰ ਨਾ ਗੇੜਾ ਦੇ ਦਿਓ ਹੁਣ ਕਿਤੇ ਮਾਰ ਕੇ ਕਿੱਕੋ ਦੀ ਵਗ ਜਾਂਦੇ ਹੋ ਤੇਲ ਪਤਾ ਕਿੰਨਾ ਮਹਿੰਗਾ ਹੋ ਰਿਹਾਗਾ ਆਹੋ ਸਾਈਕਲ ਲੈ ਜਾਓ ਚੀਜ਼ਾਂ ਤਾਂ ਪਹਿਲੀ ਚੋਰੀ ਹੋਈ ਜਾਂਦੀਆਂ ਨੇ ਸੋਚ ਲੱਗ ਰਹੀ ਹੈਗੀ ਆਏ ਹਾਏ ਹੈ ਸਾਈਕਲ ਕਿੱਧਰ ਵਗ ਗਿਆ ਉਹ ਲਪ੍ਰੀਤ ਹੋ ਉਹ ਭੱਜ ਗਿਆ ਛੇਤੀ ਨਾ ਭੱਜ ਕੇ ਆਉਣ ਨੂੰ ਕੀ ਹੋ ਗਿਆ ਦੋ ਘੜੀ ਆਰਾਮ ਵੀ ਕਰਨ ਦੇ ਦਿਆ ਕਰ ਉਹ ਤਾਂ ਮਿੰਟ ਚ ਕਹਿੰਦਾ ਨਾ ਰੋਟੀ ਪਕਾ ਕੇ ਦੇ ਉਹ ਸਾਈਕਲ ਉਰੇ ਸਾਈਕਲ ਕਿੱਧਰ ਗਿਆ ਹੁਣ ਐ ਨਾ ਕਹਿ ਦੋ ਵੀ ਸਾਈਕਲ ਵੀ ਚੋਰੀ ਹੋ ਗਿਆ ਉਹੀ ਤਾਂ ਮੈਂ ਤੈਨੂੰ ਪੁੱਛੀ ਨਾ ਉਰੇ ਸਾਈਕਲ ਖੜਾਉਣਾ ਹੁੰਦਾ ਮੈਂ ਸਾਈਕਲ ਵੀ ਚੋਰੀ ਹੋ ਗਿਆ ਉਹ ਸਾਈਕਲ ਜੇ ਹੁਣ ਮੈਨੂੰ ਬਾਬੇ ਕੋਲੇ ਜਾਣ ਤੋਂ ਰੋਕਿਆ ਨਾ ਜੇ ਤਾਂ ਮੈਂ ਇਸ ਘਰ ਚ ਰਹੂੰ ਜਾਂ ਤੂੰ ਰਹੇਗਾ ਓਏ ਪ੍ਰੇਤ ਨੇ ਉਹ ਤੇ ਗੇੜੀਆਂ ਲਾਉਣੀਆਂ ਨੇਗੀਆਂ ਤੂੰ ਚੁੱਪ ਕਰਕੇ ਬਹਿ ਜਾ ਵੀ ਮੈਂ ਬਾਬੇ ਨੂੰ ਦਿਖਾ ਕੇ ਆਉਣੀ ਆ ਪੱਤਰੀ ਮੈਂ ਦੱਸ ਦੂਗਾ ਆ ਗੱਡੀ ਵੀ ਤੇਰੀ ਉੱਡ ਜੂਗੀ ਨਹੀਂ ਤਾਂ ਪ੍ਰੇਤ ਲੈ ਜੂਗਾ ਡਾਕੇ ਮੈਂ ਤਾਂ ਇਹਨੂੰ ਲੈ ਕੇ ਜਾਨੀ ਆ ਚੱਲ ਚੰਗਾ ਟਾਈਮ ਨਾਲ ਮੁੜੇ ਆਈ